ਸ਼ੁਰੂ ਕਰਦੇ ਪੰਜਾਬ ਦੀਆਂ ਖਬਰਾਂ ਵੱਲ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਤੇ ਸਿਆਸਤ ਸੂਬੇ ਦੇ ਵਿੱਚ ਲਗਾਤਾਰ ਜਾਰੀ ਹੈ ਵਿਰੋਧੀ ਧਿਰ ਦਾ ਆਗੂ ਸੁਖਪਾਲ ਸਿੰਘ ਖਹਿਰਾ ਲਗਾਤਾਰ ਕੈਪਟਨ ਸਰਕਾਰ ਤੇ ਹਮਲਾਵਰ ਸਾਡੇ ਦੇ ਨਾਲ ਕਾਂਗਰਸ ਤੇ ਵਿਧਾਇਕ ਰਾਜਕੁਮਾਰ ਵੇਰਕਾ ਜੁੜ ਚੁੱਕੇ ਨੇ ਜੀ ਰਾਜਕੁਮਾਰ ਵੇਰਕਾ ਜੀ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜਿਹੜਾ ਕਿ ਸਵਾਲ ਚੁੱਕਿਆ ਵੱਡਾ ਸਵਾਲ ਚੁੱਕਿਆ ਤੇ ਇਸ ਵਾਰ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਦਾ ਨਾਮ ਵੀ ਲਿਆ ਕੀ ਕਹਿਣਾ ਤੁਹਾਡਾ ਦੇਖੋ ਇਹ ਖਹਿਰਾ ਸਾਹਿਬ ਨੂੰ ਖਬਰਾਂ ਪੈਣ ਦੀ ਆਦਤ ਪੈ ਗਈ ਹੈ ਜਦੋਂ ਰਾਤ ਨੂੰ ਬੜਾ ਉੱਠਦੇ ਆ ਕਿ ਸਵੇਰੇ ਮੇਰੀ ਕਿਤੇ ਫੋਟੋ ਆ ਜਾਏ ਮੇਰੀ ਕੋਈ ਨਾ ਕੋਈ ਆਵਾਜ਼ ਸੁਣ ਲੈ ਸਾਰਾ ਦਿਨ ਬੜਬੜਾ ਤੇ ਇਹਨਾਂ ਦੀ ਆਦਤ ਹੋ ਗਈ ਬਈ ਗੱਲ ਹੈਗੀ ਹੈ ਕਿ ਖਹਿਰਾ ਸਾਹਿਬ ਨੂੰ ਇਸ ਗੱਲ ਦਾ ਡਰ ਲੱਗਦਾ ਕਿ ਕਿਤੇ ਇਹ ਕਿਉਂਕਿ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਗੰਭੀਰਤਾ ਨਾਲ ਇਹ ਸਾਰੀਆਂ ਚੀਜ਼ਾਂ ਲੈ ਰਹੀ ਹੈ ਔਰ ਇਹ ਕਰ ਰਹੀ ਹੈ ਔਰ ਇਹ ਹਰ ਮੋਰਚੇ ਤੇ ਫੇਲ ਹੋ ਰਹੇ ਚਲਾ ਰਿਹਾ ਆਮ ਆਦਮੀ ਪਾਰਟੀ ਦਾ ਖਾਤਮਾ ਹੋ ਰਿਹਾ ਔਰ ਆਮ ਆਦਮੀ ਪਾਰਟੀ ਦੀ ਸ਼ਾਖ ਬਚਾਉਣ ਵਾਸਤੇ ਠੀਕ ਹੈ ਵਿਰਕਾ ਸਾਹਿਬ ਠੀਕ ਹੈ ਇੱਕ ਸਿਆਸਤ ਇੱਕ ਪਾਸੇ ਹੋ ਸਕਦੀ ਹੈ ਪਰ ਐਰਕੋਂ ਦੀ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਸਵਾਲ ਚੁੱਕਿਆ ਹੈ ਕਿ ਉਹਨਾਂ ਨੇ ਸਵਾਲ ਪੁੱਛਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ 8 ਮਹੀਨੇ ਤੱਕ ਰਾਣਾ ਗੁਰਜੀਤ ਸਿੰਘ ਨੂੰ ਬਚਾਇਆ ਗਿਆ ਕਿ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ ਜਾਂ ਨਹੀਂ ਮੈਂ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਦਾ ਕੋਈ ਵੀ MLA ਕਿਸੇ ਵੀ ਨਜਾਇਜ਼ ਮਾਈਨਿੰਗ 'ਚ ਸ਼ਾਮਲ ਨਹੀਂ ਹੈ ਔਰ ਮੈਂ ਇਹ ਕਹਿ ਰਿਹਾ ਅਕਾਲੀ BJP ਨੇ ਹਰ ਤਰ੍ਹਾਂ ਦਾ ਮਾਫੀਆ ਪਾਲਿਆ ਸੀ ਅਸੀਂ ਤੇ ਹਰ ਤਰ੍ਹਾਂ ਦਾ ਮਾਫੀਆ ਖਤਮ ਕਰ ਰਹੇ ਹਾਂ ਤੁਸੀਂ ਦੇਖਿਆ ਕਿ ਗੈਂਗਸਟਰ ਅਸੀਂ ਖਤਮ ਕਰਨ ਜਾ ਰਹੇ ਹਾਂ ਅਸੀਂ ਇਹ ਮਾਈਨਿੰਗ ਦਾ ਵੀ ਇਹ ਖਤਮ ਕਰਨ ਜਾ ਰਹੇ ਹਾਂ ਅਸੀਂ ਮਾਧੋਪੁਰ ਪਠਾਨਕੋਟ ਦੇ ਵਿੱਚ ਜੀ ਮੀਡੀਆ ਦੀ ਟੀਮ ਨੇ ਤਸਵੀਰਾਂ ਜਿਹੜੀਆਂ ਕੈਦ ਕੀਤੀਆਂ ਨੇ ਰੇਡ ਹੋਈ ਉੱਥੇ ਪਰ ਉੱਥੇ ਉੱਥੇ ਵੀ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਜੀ ਕਿ ਇਹ ਜਿਹੜਾ ਵਾਰ ਲੈਵਲ ਦੇ ਉੱਪਰ ਅਸੀਂ ਵਾਰ ਫੁਟਿੰਗ ਦੇ ਉੱਪਰ ਇਹਦਾ ਐਕਸ਼ਨ ਸਟਾਰਟ ਕੀਤਾ ਹੈ ਔਰ ਇਹਦੇ ਵਾਸਤੇ ਹਾਈ ਪਾਵਰ ਕਮੇਟੀ ਬਣਾਈ ਮੰਤਰੀਆਂ ਨੇ ਕਮੇਟੀ ਬਣਾ ਦਿੱਤੀ ਸਾਰੇ ਅਧਿਕਾਰੀਆਂ ਨੂੰ ਡਾਇਰੈਕਸ਼ਨ ਦੇ ਦਿੱਤੀ ਬਈ ਇਹ ਵੀ ਕਿਹਾ ਤਾਂ ਅਸੀਂ ਫਿਕਸ ਵੀ ਕਰ ਦਿੱਤਾ ਕਿ SSP ਔਰ DC ਜ਼ਿੰਮੇਦਾਰ ਹੋਏਗਾ ਜਗ੍ਹਾ ਦੇ ਉੱਪਰ ਇਹਦੀਆਂ ਚੀਜ਼ਾਂ ਹੋਣਗੀਆਂ ਔਰ ਹਰ ਜਗ੍ਹਾ ਤੋਂ ਰਿਪੋਰਟਿੰਗ ਆ ਰਹੀ ਹੈ ਮੈਂ ਧੰਨਵਾਦ ਕਰਦਾ ਮੀਡੀਆ ਦਾ ਕਿ ਜਿਹੜੇ ਇਹ ਤੀਸਰੇ ਅੱਖ ਜਿਹੜੇ ਲੋਕਾਂ ਦੀ ਮੀਡੀਆ ਹੈਗਾ ਮੈਂ ਇਹ ਗੱਲ ਮੀਡੀਆ ਨੂੰ ਵੀ ਕਹਾਂਗਾ ਕਿ ਜਿਸ ਜਗ੍ਹਾ ਦੇ ਉੱਪਰ ਵੀ ਦੇਖੋ ਸਾਡੀ ਇੱਛਾ ਸ਼ਕਤੀ ਸਾਡੀ ਨੀਅਤ ਬਿਲਕੁਲ ਸਾਫ਼ ਹੈ ਅਸੀਂ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਔਰ ਕਾਰਵਾਈ ਕਰਾਂਗੇ ਜੀ ਰਾਜਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਆਪਣਾ ਪ੍ਰਤੀਕਰਮ ਦੇਣ ਦੇ ਲਈ